ਨਿਤਿਨ ਗੜਕਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੜਕਾਂ 'ਤੇ ਪੱਥਰ ਰਖੜਨੀ ਪੀਖੀ ਦੌਰਾਰ ਰੱਦ ਕਰ ਦਿੱਤਾ ਗਿਆ। ਇਸ ਦੌਰਾਨ ਕਾਂਗਰਸੀਆਂ ਨੇ ਪੰਡਾਲ ਤੱਕ ਉਖਾੜ ਦਿੱਤੇ ਜਦਕਿ ਅਕਾਲੀ ਦਲ ਇਸ ਮੌਕੇ ਰੈਲੀ ਕਰ ਰਿਹਾ ਹੈ। ਜਿਸ 'ਚ ਕੇਂਦਰੀ ਮੰਤਰੀ ਹਰਸਿਮਰ ਕੋਰ ਬਾਦਲ ਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ ਹੈ। ਦੱਸਿਆ ਜਾ ਰਿਹਾ ਕਿ ਗੜਕਰੀ ਦੇ ਰੱਦ ਹੋਏ ਦੌਰੇ ਕਾਰਨ ਸਮਾਗਮ ਦੀਆਂ ਤਿਆਰੀਆਂ 'ਚ ਲੱਗੇ ਲੱਖਾਂ ਰੁਪਏ ਬਰਬਾਦ ਹੋ ਗਏ। ਜ਼ਿਕਰ ਹੋਇਆ ਹੈ ਕਿ ਅੱਜ ਬਠਿੰਡਾ ਤੋਂ ਸ਼੍ਰੀ ਅਮਰitsar ਸਾਹਿਬ ਤੇ ਬਠਿੰਡਾ ਤੋਂ ਚੰਡੀਗੜ੍ਹ ਤੱਕ 4 ਲੇਨ ਸੜਕਾਂ ਦੇ ਉਦਘਾਟਨ ਕਰਨ ਲਈ ਗੜકરી ਤੇ ਮੁੱਖ ਮੰਤਰੀ ਕੈਪਟਨ ਦੇ ਸਮਾਗਮ 'ਚ ਪਹੁੰਚਣ ਦੀ ਚਰਚਾ ਚੱਲ ਰਹੀ ਸੀ। ਉਹਨਾਂ ਵੱਲੋਂ ਪਿੱਖੀ ਚਾਂ ਪਿੱਖੀ ਮੂਹਣਕ ਸੜਕ ਤੇ ਨਵ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਇਸ ਲਈ ਬਠਿੰਡਾ ਦੇ ਪਿੱਖੀ ਤਾਂ ਆਯੋਜਨ ਕੀਤੇ ਜਾਣ ਵਾਲੇ ਸਰਕਾਰੀ ਸਮਾਗਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਉਣਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਅਤੇ ਜਿਸ ਨੂੰ ਲੈ ਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਕਹਿਣਾ ਕਿ ਜੇਕਰ ਮੁੱਖ ਮੰਤਰੀ ਸਮਾਗਮ 'ਚ ਆਉਣਾ ਚਾਹੁੰਦੇ ਹਨ ਤਾਂ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਪਰ ਪੰਜਾਬ 'ਚ ਵਿਕਾਸ ਕਾਰਜ ਕਿਸੇ ਨੇ ਕਰਵਾਇਆ ਹੈ ਇਹ ਤਾਂ ਸਾਰੇ ਹੀ ਜਾਣਦੇ ਨੇ ਪਿੱਕੀ ਮੋਨਕ ਸੜਕ ਦੀ ਸੂchnਾ ਤਤਕਾਲ ਆਕਾਲੀ ਭਾਜਪਾ ਸਰਕਾਰ ਦੇ ਸਮੇਂ ਹੋਈ ਸੀ ਪਰ ਇਸ ਦਾ ਟੈਂਡਰ ਮੌਜੂਦਾ ਕਾਂਗਰਸ ਸਰਕਾਰ 'ਚੋਂ ਹੋਇਆ ਹੈ ਇਹ ਸੜਕ ਪੰਜਾਬ ਹਰਿਆਣਾ ਦੀ ਮੋਨਕ ਟੋਹਾਣਾ ਸਰੰਦ ਤੋਂ ਲੈ ਕੇ ਬਠਿੰਡਾ ਤੱਕ 188 ਕਿਲੋਮੀਟਰ ਬਣਨੀ ਸੀ ਪਰ ਕੇਂਦਰ ਸਰਕਾਰ ਦੇ ਭਾਰਤ ਮਾਲਾ ਸੜਕ ਪ੍ਰੋਜੈਕਟ ਤਹਿਤ ਬਠਿੰਡਾ ਸੁਨਾਮ ਤੱਕ ਸੜਕ ਨੂੰ ਨੈਸ਼ਨਲ ਮਾਰਗ ਦੇ ਰੂਪ ਚ ਬਣਾਉਣ ਦੀ ਤਜਵੀਜ਼ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਇਸ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਬਕਾਇਦਾ ਸਰਵੇ ਆਰੰਭ ਕੀਤੇ ਗਏ ਨੇ ਜਿਸ ਦੇ ਹੁਣ ਨੈਸ਼ਨਲ ਮਾਰਗ 148B ਪੰਜਾਬ ਦੀ ਹਦੂਦ ਚ ਭਿੱਖੀ ਤੋਂ ਮੁੰਨਕ ਤੱਕ ਕਰੀਬ 46 ਕਿਲੋਮੀਟਰ ਰਹਿ ਗਿਆ ਹੈ ਵਿਸ਼ਵ ਬੈਂਕ ਦੀ ਸਹਾਇਤਾ ਦੇ ਨਾਲ 293 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਨੂੰ ਭਿੱਖੀ ਬੁੜਲਾੜਾ ਟੋਹਾਣਾ ਬਰਵਾਲਾ ਹਾਸੀ ਪਿਵਾਨੀ ਮਹਿੰਦਰਗੜ੍ਹ ਨਾਲ ਨਾਲੌਰ ਤੇ ਰਾਜਸਥਾਨ ਤੋਂ ਕੋਟ ਪੁਤਲੀ ਤੋਂ ਗੁਰੂਗਰਾਮ ਜੈਪੁਰ ਸੜਕ ਨੂੰ ਜੋੜੇਗੀ ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ دیکھتے ਰਹੋ ਪਟਿਆਲਾ ਟੀਵੀ